ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੰਜਾਬੀ ਵਿਆਕਰਣ ਵਿੱਚ ਲਗਾਖਰ ਕਰਾਂਗੇ। ਬੱਚਿਓ, ਲਗਾਖਰ ਹੁੰਦੇ ਕੀ ਹੈ ਤੁਹਾਨੂੰ ਪਤਾ? ਬੱਚਿਓ ਮੈਂ ਦੱਸਦੀ ਹਾਂ, ਸ਼ਬਦਾਂ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਲਗਾਂ ਦੇ ਨਾਲ ਜੋ ਚਿੰਨ੍ਹ ਵਰਤੇ ਜਾਂਦੇ ਹਨ ਉਹਨਾਂ ਨੂੰ ਹੀ ਲਗਾਖਰ ਕਹਿੰਦੇ ਹਨ। ਬੱਚਿਓ ਤੁਹਾਨੂੰ ਪਤਾ ਲਗਾਖਰ ਹੁੰਦੇ ਕਿੰਨੇ ਹੈ? ਬੱਚਿਓ ਪੰਜਾਬੀ ਵਿੱਚ ਜਿਵੇਂ 10 ਲਗਾਂ ਹੁੰਦੀਆਂ ਨਾ, ਉਸੀ ਤਰ੍ਹਾਂ 3 ਲਗਾਖਰ ਹੁੰਦੇ ਹਨ, ਇੱਕ ਬਿੰਦੀ, ਦੂਸਰਾ ਟਿੱਪੀ, ਤੀਸਰਾ ਅਧਕ। ਅੱਜ ਅਸੀਂ ਕਰਾਂਗੇ ਬਿੰਦੀ ਦੀ ਲਗਾਂ ਨਾਲ ਵਰਤੋਂ। ਚਲੋ ਅਸੀਂ ਸ਼ੁਰੂ ਕਰਦੇ ਹਾਂ। ਬਿੰਦੀ ਦੀ ਆਵਾਜ਼ ਕੀ ਨਿਕਲਦੀ ਹੈ ਬੱਚਿਓ? ਆ। ਬਿੰਦੀ ਦੀ ਆਵਾਜ਼ ਜਦੋਂ ਨਿਕਲਦੀ ਹੈ, ਗਲੇ ਵਿੱਚੋਂ ਆਵਾਜ਼ ਜ਼ਿਆਦਾ ਆਉਂਦੀ ਹੈ, ਹਲਕੀ ਜਿਹੀ ਨੱਕ ਵਿੱਚੋਂ ਆਉਂਦੀ ਹੈ, ਯਾਦ ਰੱਖਿਓ। ਬਿੰਦੀ ਦਾ ਚਿੰਨ੍ਹ ਹੁੰਦਾ ਹੈ ਗੋਲ ਗੋਲ ਹੁੰਦਾ, ਲਗਾਂ ਦੇ ਬਿੰਦੀ ਨਾਲ ਹੀ ਲੱਗਦੀ ਹੈ, ਠੀਕ ਹੈ? ਚਲੋ ਹੁਣ ਅਸੀਂ ਸ਼ੁਰੂ ਕਰਦੇ ਹਾਂ ਕੰਨੇ ਨਾਲ ਬਿੰਦੀ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ। ਕੱਕੇ ਨੂੰ ਕੰਨਾ ਕਾ, ਉੱਪਰ ਬਿੰਦੀ ਕਾਂ। ਛੱਛੇ ਨੂੰ ਕੰਨਾ ਛਾ, ਉੱਪਰ ਬਿੰਦੀ ਛਾਂ। ਜੱਜੇ ਨੂੰ ਕੰਨਾ ਜਾ, ਉੱਪਰ ਬਿੰਦੀ ਜਾਂ। ਮੰਮੇ ਨੂੰ ਕੰਨਾ ਮਾ, ਉੱਪਰ ਬਿੰਦੀ ਮਾਂ। ਹੁਣ ਬਿਹਾਰੀ ਨਾਲ ਕਿਸ ਤਰ੍ਹਾਂ ਬਿੰਦੀ ਦੀ ਵਰਤੋਂ ਕਰਨੀ ਹੈ ਦੇਖੋ। ਮੰਮੇ ਨੂੰ ਬਿਹਾਰੀ ਮੀ, ਉੱਪਰ ਬਿੰਦੀ ਲੱਗੀ ਮੀ, ਹ ਮੀ। ਪੱਪੇ ਨੂੰ ਬਿਹਾਰੀ ਪੀ, ਉੱਪਰ ਬਿੰਦੀ ਪੀ, ਘੱਗਾ ਪੀਂਗ। ਜੱਜੇ ਨੂੰ ਬਿਹਾਰੀ ਜੀ, ਬਿੰਦੀ ਉੱਪਰ ਜੀਂਦ, ਜੀਂਦ। ਹੁਣ ਲਾਂ ਨਾਲ ਕਿਸ ਤਰ੍ਹਾਂ ਕਰਨੀ ਹੈ ਦੇਖੋ। ਲੱਲੇ ਨੂੰ ਕੰਨਾ, ਉੱਪਰ ਬਿੰਦੀ ਲਾਂ। ਗੱਗੇ ਨੂੰ ਲਾਂ ਗੇ, ਉੱਪਰ ਬਿੰਦੀ ਗੇਂਦ, ਗੇਂਦ। ਪੱਪੇ ਨੂੰ ਲਾਂ ਪੇ, ਉੱਪਰ ਬਿੰਦੀ ਪੇਂਟਰ, ਪੇਂਟਰ। ਕੱਕੇ ਨੂੰ ਲਾਂ ਕੇ, ਉੱਪਰ ਬਿੰਦੀ ਦੱਦਾ ਰਾਰਾ, ਕੇਂਦਰ। ਦੁਲਾਵਾਂ ਨਾਲ ਕਿਵੇਂ ਕਰਨੀ ਹੈ ਦੇਖੋ। ਸੱਸੇ ਨੂੰ ਦੁਲਾਵਾਂ ਸੈ, ਬਿੰਦੀ ਉੱਪਰ ਕੱਕਾ, ਰਾੜੇ ਨੂੰ ਕੰਨਾੜਾ, ਸੈਂਕੜਾ। ਬੱਬੇ ਨੂੰ ਦਲਾਂ ਬੈ, ਉੱਪਰ ਬਿੰਦੀ ਬੈਂ, ਤੱਤਾ ਬੈਂਤ। ਪੱਪੇ ਨੂੰ ਦਲਾਂ ਪੈ, ਉੱਪਰ ਬਿੰਦੀ ਤੱਤਾ, ਰਾਰੇ ਨੂੰ ਕੰਨਾ ਰਾ, ਪੈਂਤਰਾ। ਹੁਣ ਹੋੜੇ ਨਾਲ ਦੇਖੋ ਕਿਵੇਂ ਅਸੀਂ ਬਿੰਦੀ ਦੀ ਵਰਤੋਂ ਕਰਨੀ ਹੈ। ਗੱਗੇ ਨੂੰ ਹੋੜਾ ਗੋ, ਉੱਪਰ ਬਿੰਦੀ ਗੋਂ, ਦੱਦਾ ਗੋਂਦ। ਰਾਰੇ ਨੂੰ ਹੋੜਾ ਰੋ, ਉੱਪਰ ਬਿੰਦੀ ਦੱਦੇ ਨੂੰ ਦੁਲੈਂਕੜ ਦੂ, ਰੋਂਦੂ। ਸੱਸੇ ਨੂੰ ਕੰਨਾ ਸਾ, ਥੱਥੇ ਨੂੰ ਹੋੜਾ ਥੋ, ਉੱਪਰ ਬਿੰਦੀ ਥੋਂ, ਸਾਥੋਂ। ਕਨੌੜੇ ਨਾਲ ਦੇਖੋ ਕਿਵੇਂ ਵਰਤੋਂ ਕਰਨੀ ਹੈ। ਐੜੇ ਨੂੰ ਕਨੌੜਾ ਔ, ਉੱਪਰ ਬਿੰਦੀ ਔਂ, ਕੱਕੜੜਾ, ਔਂਕੜ। ਜੱਜੇ ਨੂੰ ਕਨੌੜਾ ਜੌ, ਉੱਪਰ ਬਿੰਦੀ ਜੌਂ। ਸੱਸੇ ਨੂੰ ਕਨੌੜਾ ਸੌ, ਇੱਕ ਸੌ ਬਣ ਗਿਆ, ਉੱਪਰ ਅਗਰ ਬਿੰਦੀ ਲੱਗੀ ਤਾਂ ਬਣ ਗਿਆ ਸੌ। ਭੱਬੇ ਨੂੰ ਕਨੌੜਾ ਭੌ, ਉੱਪਰ ਬਿੰਦੀ ਭੌਂ, ਕੱਕਾ ਭੌਂਕ। ਹੁਣ ਤੁਹਾਨੂੰ ਸਮਝ ਆ ਗਈ ਹੋਏਗੀ, ਫਿਰ ਦੇਖੋ ਤੇਜ਼ ਤੇਜ਼ ਕਿਸ ਤਰ੍ਹਾਂ ਬੋਲਣਾ ਅਸੀਂ ਕੰਨੇ ਨਾਲ। ਕਾਂ, ਛਾਂ, ਜਾਂ, ਮਾਂ। ਬਿਹਾਰੀ ਨਾਲ ਮੀ, ਪੀਂਗ, ਜੀਂਦ। ਲਾਂ ਨਾਲ ਗੇਂਦ, ਪੇਂਟਰ, ਕੇਂਦਰ। ਦੁਲਾਵਾਂ ਨਾਲ ਸੈਂਕੜਾ, ਬੈਂਤ, ਪੈਂਤਰਾ। ਹੋੜਾ ਗੋਂਦ, ਰੋਂਦੂ, ਸਾਥੋਂ। ਕਨੌੜਾ ਨਾਲ ਔਂਕੜ, ਜੌਂ, ਸੌਂ, ਭੌਂਕ। ਬੱਚਿਓ ਬਿੰਦੀ ਦੀ ਵਰਤੋਂ ਸਿਰਫ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ ਨਾਲ ਹੀ ਹੁੰਦੀ ਹੈ, ਬਾਕੀ ਲਗਾਂ ਨਾਲ ਨਹੀਂ ਹੁੰਦੀ, ਯਾਦ ਰੱਖਿਓ। ਤੁਹਾਨੂੰ ਸਮਝ ਆ ਗਈ ਹੋਏਗੀ। ਇਸ ਲਈ ਬਹੁਤ ਬਹੁਤ ਧੰਨਵਾਦ।